ਜੀ ਅੱਜ ਮਾਨਯੋਗ ਡੀਜੀਪੀ ਪੰਜਾਬ ਸਪੈਸ਼ਲ ਡੀਜੀਪੀ ਲੋਅ ਐਂਡ ਆਰਡਰ DIG ਜਲੰਧਰ ਰੇਂਜ ਜੀ ਦੇ ਹੁਕਮਾਂ ਅਨੁਸਾਰ ਜਿਹੜਾ ਹੈਗਾ ਉਹ ਸਪੈਸ਼ਲ ਕੋਆਰਡੀਨੈਂਟ ਸਰਚ ਓਪਰੇਸ਼ਨ ਚਲਾਇਆ ਜਾ ਰਿਹਾ ਹੈਗਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ, ਜਿਹਦੇ ਸੰਬੰਧ 'ਚ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਰੇ ਬੱਸ ਸਟੈਂਡਾਂ 'ਤੇ ਅਤੇ ਰੇਲਵੇ ਸਟੇਸ਼ਨਸ 'ਤੇ ਚੈਕਿੰਗ ਕੀਤੀ ਜਾ ਰਹੀ ਹੈਗੀ। ਹੁਣ ਮੇਰੇ ਨਾਲ ਇੱਥੇ ਹੁਸ਼ਿਆਰਪੁਰ ਸਿਟੀ 'ਚ ਜਿਹੜਾ ਬੱਸ ਸਟੈਂਡ ਹੈਗਾ ਮੇਨ ਬੱਸ ਅੱਡਾ, ਉੱਥੇ SP ਓਪਰੇਸ਼ਨ, DSP ਸਿਟੀ, SHO ਮਾਡਲ ਟਾਊਨ ਅਤੇ ਹੋਰ ਬਾਕੀ ਸਾਰੇ ਅਫਸਰ ਹੈਗੇ। ਬਾਕੀ ਵੱਖ ਵੱਖ ਜਿੱਦਾਂ SPD ਸਾਹਿਬ ਦੀ ਟੀਮ ਜਿਹੜੀ ਹੈਗੀ ਉਹ ਅਲੱਗ ਸਬ ਡਿਵੀਜ਼ਨਸ 'ਤੇ ਕਰ ਰਹੀ ਹੈਗੀ, ਜਿੱਦਾਂ ਟਾਂਡਾ ਅਤੇ ਰੂਰਲ ਸਬ ਡਿਵੀਜ਼ਨ 'ਚ। SPPBI ਨਾਲ ਉਹਨਾਂ ਦੀ ਟੀਮ ਜਿਹੜੀ ਹੈਗੀ ਉਹ ਚੱਬੇਵਾਲ, ਮੇਟਿਆਣਾ ਅਤੇ ਗੜਸ਼ੰਕਰ ਸਬ ਡਿਵੀਜ਼ਨ 'ਚ ਕੰਮ ਕਰ ਰਹੇ ਹੈਗੇ ਅਤੇ ਸਾਰੇ ਜ਼ਿਲ੍ਹੇ ਦੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਚੈੱਕ ਕੀਤੇ ਜਾਣਗੇ। ਅਤੇ ਸਾਡਾ ਜਿਹੜਾ ਪਰਪਜ਼ ਹੈਗਾ ਉਹ ਹੈਗਾ ਕਿ ਇੱਕ ਪੁਲਿਸ ਫੋਰਸ ਦਾ ਡੋਮੀਨੈਂਸ ਹੋਵੇ, ਪ੍ਰਜੈਂਸ ਹੋਵੇ, ਪਲੱਸ ਜਿਹੜਾ ਹੈਗਾ ਕ੍ਰਿਮੀਨਲ ਐਕਟੀਵਿਟੀ, ਸਸਪੀਸ਼ੀਅਸ ਐਕਟੀਵਿਟੀ ਜਿਹੜੀ ਹੁੰਦੀ ਹੈਗੀ ਉਹਨੂੰ ਕਰਬ ਕੀਤਾ ਜਾਵੇ। ਡਰੱਗਸ ਦਾ ਮੂਵਮੈਂਟ, ਇਲੀਗਲ ਆਰਮਸ ਦਾ ਮੂਵਮੈਂਟ ਜਾਂ ਹੋਰ ਕਿਸੇ ਵੀ ਤਰੀਕੇ ਦਾ ਕੋਈ ਵੀ ਇਲੀਗਲ ਚੀਜ਼ ਦਾ ਮੂਵਮੈਂਟ ਜਿਹੜਾ ਹੈਗਾ ਉਹਨੂੰ ਕਰਬ ਕੀਤਾ ਜਾ ਸਕੇ, ਫੜਿਆ ਜਾ ਸਕੇ, ਫੜ ਕੇ ਉਹਨਾਂ ਨੂੰ ਕਾਨੂੰਨ ਮੁਤਾਬਿਕ ਸਜ਼ਾ ਦਿਲਾਈ ਜਾ ਸਕੇ। ਇਸ ਤੋਂ ਇਲਾਵਾ ਜਿਹੜਾ ਹੈਗਾ ਸਾਡਾ ਡਰੱਗਸ ਦੇ ਖਿਲਾਫ਼ ਵੀ ਕੋਆਰਡੀਨੈਂਟ ਸਰਚ ਓਪਰੇਸ਼ਨ ਅੱਜ ਕੁਛ ਥਾਵਾਂ 'ਤੇ ਰੈਂਡਮ ਸਰਪਾਈ ਚੈਕਿੰਗ ਦੇ ਆਧਾਰ 'ਤੇ ਚੱਲ ਰਿਹਾ ਹੈਗਾ ਅਤੇ ਕੁਛ ਥਾਵਾਂ 'ਤੇ ਇਸ ਤੋਂ ਬਾਅਦ ਹੋਵੇਗਾ। ਜਿੱਦਾਂ ਕੱਲ੍ਹ ਵੀ ਅਸੀਂ ਕੋਆਰਡੀਨੈਂਟ ਸਰਚ ਓਪਰੇਸ਼ਨ ਕੀਤਾ ਸੀਗਾ ਉਹ ਸਾਡਾ ਡੈਡੀਕੇਟਿਡਲੀ ਡਰੱਗਸ ਦੇ ਖਿਲਾਫ਼ ਸੀਗਾ, ਜਿਹਦੇ ਸੰਬੰਧ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਨੇ ਬਹੁਤ ਹੀ ਚੰਗੀ ਕਾਰਗੁਜ਼ਾਰੀ ਸਾਰੇ ਅਫਸਰਸ ਨੇ ਕਰਦੇ ਹੋਏ 15 FIR ਦਰਜ ਕਰਕੇ ਅਸੀਂ 17 ਡਰੱਗਸ ਸਮਗਲਰਸ ਨੂੰ ਕੱਲ੍ਹ ਅਰੈਸਟ ਕੀਤਾ ਸੀਗਾ ਅਤੇ ਕਾਫ਼ੀ ਚੰਗੀ ਰਿਕਵਰੀ ਵੀ ਹੋਈ ਸੀਗੀ, ਜਿਹਦੇ ਵਿੱਚ ਇੰਟੋਕਸੀਕੈਂਟ ਟੈਬਲੇਟਸ, ਪਾਊਡਰ, ਇੰਟੋਕਸੀਕੈਂਟ ਇੰਜੈਕਸ਼ਨਸ, ਚਰਸ, ਅਫੀਮ ਅਤੇ ਹੋਰ ਕਾਫ਼ੀ ਸਾਰੀ ਨਸ਼ੀਲੀ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਸੀ। ਉਹਨਾਂ ਤੋਂ ਅੱਗੇ ਫਰਦਰ ਅਸੀਂ ਜਿਹੜਾ ਹੈਗਾ ਉਹਨਾਂ ਦੇ ਬੈਕਵਰਡ ਲਿੰਕਸ ਟਰੇਸ ਕਰਕੇ ਉਹਨਾਂ ਨੂੰ ਵੀ ਨਾਮਜ਼ਦ ਕਰਕੇ ਅਰੈਸਟ ਕਰਾਂਗੇ। ਅਤੇ ਡਰੱਗਸ ਦੇ ਖਿਲਾਫ਼ ਜਿਹੜਾ ਹੈਗਾ ਇੱਕ ਸਾਡਾ ਇੱਕ ਮੁਕੰਮਲ ਮੁਹਿੰਮ ਚੱਲ ਰਹੀ ਹੈਗੀ ਜਿਹਦੇ ਵਿੱਚ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਆਪਾਂ ਡਰੱਗ ਫਰੀ ਕਰਾਉਣ ਵਾਸਤੇ ਕਮਿਟਿਡ ਹਾਂ ਅਤੇ ਉਹਦੇ ਵਾਸਤੇ ਪੂਰਾ ਤਨਦੇਹੀ ਨਾਲ ਹੁਸ਼ਿਆਰਪੁਰ ਪੁਲਿਸ ਡਿਊਟੀ ਕਰ ਰਹੀ ਹੈਗੀ। ਅਤੇ ਅੱਜ ਦਾ ਜਿਹੜਾ ਐਕਸਾਈਜ਼ ਹੈਗੀ ਉਹ ਇੱਕ ਡੋਮੀਨੈਂਸ ਐਕਸਾਈਜ਼ ਹੈਗੀ ਜਿਹਦੇ ਵਿੱਚ ਅਸੀਂ ਕਾਫ਼ੀ ਸਾਰੇ ਮੋਟਰਸਾਈਕਲ, ਟੂ ਵੀਲਰ ਜਿਹੜੇ ਸਸਪੀਸ਼ੀਅਸ ਸੀਗੇ ਇੱਥੇ ਪਾਰਕਿੰਗ 'ਚ ਉਹ ਰਾਊਂਡ ਅਪ ਕੀਤੇ ਹੈਗੇ। ਉਸ ਤੋਂ ਇਲਾਵਾ ਕੁਛ ਲੋਕ ਵੀ ਤਿੰਨ ਚਾਰ ਬੰਦੇ ਰਾਊਂਡ ਅਪ ਕੀਤੇ ਗਏ ਹੈਗੇ ਜਿਹਨਾਂ ਨੂੰ ਵੈਰੀਫਾਈ ਕਰਕੇ ਫਿਰ ਉਹਦੇ ਹਿਸਾਬ ਨਾਲ ਉਹਨਾਂ 'ਤੇ ਖਿਲਾਫ਼ ਕਾਰਵਾਈ ਕੀਤੀ ਜਾਏਗੀ। ਥੈਂਕ ਯੂ।